सामने कुछ रेस साहब की हाल चाल दफ्तर मेरा यकीन करो लहरा बहरा लग गई तहूँ याद है पिछली बार जो बाबा जी मेरे को जहाँ शादी मैं कराई सी इतने मेरी सैकटरी के नाल है वह बाबा मेरे वास्ते किसी बैंक तो घट नहीं है रोज़ इन्ना बड़ा कैश मैनू आता है यह सारा दफ्तर बाबे के सिर पर चल रहा यकीन करो मैंने पिछली बार प्लाट लैके दिता से उन्हें ग्रे स्ट्रक्चर पूरा हो गया है माशाला हूँ फिर मैं वह रिश्ता करा रहा एक गोरी फैमिली के नाल हैलो यदी तरक्की होगी तुम्हें पता स्पॉट बॉय से इन मैं कुर्सी देती हूँ भी बाबा जी की वजह ना हुई है और इस रिश्ते की बाबे ने मैं लैके देनी है गड्डी एक काम बिस्मिल्लाह सदके जाओ की हाल है की हाल है पुत्र ठीक है आ जाओ बिस्मिल्लाह इधर गल सुन है हां जी पहुंचे नहीं अलती कर वो बस पहुंच रहे ने एयरपोर्ट ते उतरे ने शाबाश शाबाश वो दोनों नु गड्डी लेन गई है अच्छा पता की है किसी वेले ना खुदा वालों इस तरह का काम हो जांदा मैं रोजाना सही उठना अच्छा जी आज उठिया ते नड़ चढ़ गई आधा घंटा मैं लत नु इंज बैठा रहा ਜਿਵੇਂ ਕਿਸੇ ਗੈਰ ਮੁਲਕ ਦਾ ਝੰਡਾ ਲੱਗਾ ਹੁੰਦਾ ਇਹ ਭਾਈ ਹੋਰ ਕੌਣ ਨੇ ਮੈਂ ਬਾਬਾ ਜੀ ਦਾ ਵਕੀਲ ਆ ਅੱਛਾ ਜੀ ਬਾਬਾ ਜੀ ਨੇ ਸਾਰੇ ਮਾਮਲਾਤ ਮੇਰੇ ਕੋਲ ਨੇ ਕੀ ਲੋੜ ਸੀ ਵਕੀਲ ਰੱਖਣ ਦੀ ਜੋ ਮੈਂ ਜੋ ਤੁਹਾਡਾ ਸਾਰਾ ਕੁਝ ਹੈਂਡਲ ਕਰ ਰਿਹਾ ਐ ਵੇਖ ਨਵੀਂ ਓਏ ਨਵੀਂ ਗੱਡੀ ਬਾਬਾ ਜੀ ਚਾਬੀ ਤਾਂ ਵਿਖਾਓ ਪਹਿਲਾਂ ਗੱਡੀ ਥੱਲੇ ਖਲੋਤੀ ਉੱਤੇ ਪੰਨੇ ਲਾਏ ਸਾਹਮਣੇ ਮੈਂ ਲਾਈ ਉਹਦੇ ਤਾਰ ਜਾ ਕੇ ਕੈਂਚੀ ਨਾਲ ਤੂੰ ਆਪ ਕੱਟਣੀ ਹੈ ਔਰ ਨਵੀਂ ਗੱਡੀ ਜੋ ਜਿਹੜੀ ਖੁਸ਼ਬੂ ਆਉਂਦੀ ਹੈ ਮੈਂ ਪਹਿਲੀ ਵਾਰ ਸੁਗਣੀ ਇਸ ਤੋਂ ਬਾਹਰ ਵਾਲਾ ਅੱਛਾ ਉਹ ਜਿਹੜਾ ਪਰਫਿਊਮ ਨਹੀਂ ਲੱਗਾ ਹੁੰਦਾ ਗੋਲ ਜਿਹਾ ਹਾਂਜੀ ਅਜੇ ਉਹ ਵੀ ਨਹੀਂ ਖੋਲਿਆ ਆ ਹਾ ਸਭ ਐ ਤੂੰ ਬਹਿਣਾ ਤੇਰਾ ਮੈਂ ਫੇਸ ਲਾਗ ਲਾਤਾ ਉਹਦੇ ਤੇ ਆ ਅੱਛਾ ਇਹਨੂੰ ਵੇਖ ਕੇ ਉਹਨੇ ਬਾਬਾ ਜੀ ਤੁਹਾਡਾ ਹੋਣ ਲੱਗਾ ਇਸ ਦਫ਼ਤਰ 'ਚ ਹੁਣ ਦੂਸਰਾ ਵਿਆਹ ਤੇਰੇ ਮੂੰਹ 'ਚ ਕਿਉਂ ਸ਼ੱਕਰ ਆ ਹਾ ਐਦ ਕੀ ਮੈਨੂੰ ਲੱਗਦਾ ਕੰਮ ਖਰਾਬ ਹੋਣ ਦੇ ਬਹੁਤੇ ਚਾਂਸ ਆ ਅੱਲਾ ਕੋ ਰਹਿਮ ਮੰਗ ਮਨੂਸਾ ਰੋਜ਼ ਰੋਜ਼ ਤੁੱਕਾ ਨਹੀਂ ਜੇ ਲੱਗਦਾ ਓਏ ਓਏ ਮੇਰੀ ਗੱਲ ਸੁਣ ਇਹ ਮੇਰੇ ਦਫ਼ਤਰ 'ਚ ਸਿਰਫ ਤੁੱਕਾ ਹੀ ਲੱਗਦਾ ਹੈ ਇਹ ਕੀ ਮਾਮਲਾ ਕੀ ਗੱਲ ਪਤਾ ਕੀ ਏ ਜੁਨੇਦ ਪੁੱਤਰ ਮੈਂ ਆਇਆ ਇੱਥੇ ਫੇਰ ਵਿਆਹ ਕਰਨ ਇਹਨੂੰ ਪਲਾਟ ਲੈਤਾ ਇੱਟਾਂ ਸਟਾਤੀਆਂ ਨਵਾਂ ਘਰ ਬਣਨਾ ਸ਼ੁਰੂ ਹੋ ਗਿਆ ਹਾਂਜੀ ਬੰਦੇ ਲੈਂਟਰਾਂ ਨੂੰ ਪਾਣੀ ਦੇਣ ਡਏ ਨੇ ਔਰ ਇਹ ਜਿਹੜਾ ਘਾਹ ਹੋ ਗਿਆ ਉੱਥੇ ਹੁਣ ਮੈਨੂੰ ਦੇਣੀ ਆ ਗੱਡੀ ਆਹਾ ਇਹਨੇ ਮੈਨੂੰ ਕਰਾਉਣ ਲੱਗਾ ਬਾਹਰ ਦਾ ਰਿਸ਼ਤਾ ਮੈਨੂੰ ਕੁੜੀ ਆ ਗਈ ਪਸੰਦ ਫੇਸਬੁੱਕ ਦੇ ਉੱਤੇ ਮੈਂ ਇਹਨੂੰ ਕਿਹਾ ਕਿ ਐਡਰੈਸ ਕੱਢੇ ਤੇ ਕੋ ਨਿਕਲਿਆ ਨਹੀਂ ਇਹ ਮੇਰਾ ਬੱਬਰ ਸ਼ੇਰ ਇਹਨੇ ਐਡਰੈਸ ਵੀ ਕੱਢ ਲਿਆ ਬੰਦੇ ਲੁਕੈਟ ਵੀ ਕਰ ਲਿਆ ਉਹ ਰਿਸ਼ਤਾ ਇੱਥੇ ਆ ਰਿਹਾ ਅੱਜ ਹੋ ਜਾਣਾ ਸਾਡਾ ਵਿਆਹ ਤੇ ਇਹਨੂੰ ਜਾਣਾ ਗੱਡੀ ਦਾ ਮਾਲਕ ਬਾਬਾ ਜੀ ਯਕੀਨ ਕਰੋ ਜਦੋਂ ਦੇ ਤੁਸੀਂ ਮੇਰੀ ਲਾਈਫ 'ਚ ਆਏ ਹੋ ਨਾ ਹਾਂਜੀ ਮੇਰੇ ਦਿਨ ਬਦਲ ਗਏ ਨੇ ਲੋ ਬਾਬਾ ਜੀ ਮਹਿਮਾਨ ਆ ਗਏ ਕਮ ਜੀ ਪਾਸਲਾਬ ਅਸੀਂ ਤਾਂ ਦਫ਼ਤਰ ਲੱਭ ਲੱਭ ਪਾਗਲ ਹੋ ਗਏ ਆ ਮਾਨਾ ਤੁਸੀਂ ਕੰਮ ਤੇ ਕੰਮ ਨੇ ਤੇ ਡਰੈਸ ਤਾਂ ਸਾਨੂੰ ਸਹੀ ਦਵੋ ਮੈਂ ਕਿ ਰਿਚ ਵੀ ਚਿੱਟੇ ਰੰਗ ਦੇ ਆਣ ਲੱਪ ਹੈ ਓਏ ਆ ਮੈਨੂੰ ਰਿਚ ਕਹਿਣ ਡਿਆ ਯਾਰ ਬਾਬਾ ਓ ਰਿਚ ਮੈਨ ਆ ਇੱਜ਼ਤ ਕਰਦੇ ਤੁਸੀਂ ਆਏ ਨਾ ਆਵਾਜ਼ ਨਹੀਂ ਆ ਰਿਚ ਮੈਨ ਕਹਿ ਰਿਹਾ ਰਿਚ ਮੈਨ ਰਿਚ ਮੈਨ ਰਿਚ ਮੈਨ ਉਹ ਸਹੀ ਕਹਾ ਬਹਿ ਜਾ ਇਹ ਕੋਈ ਨਹੀਂ ਇਹ ਤੁਹਾਡਾ ਸੁਸਰ ਹੈ ਤੇ ਉਧਰ ਤੇ ਵੇਖੋ ਪਰੇ ਕੀ ਬਹਾਰ ਉਹ ਸੌਰਾ ਮੇਰਾ ਹਾਂਜੀ ਇਹਦੀ ਕੁੜੀ ਨਾ ਹੋਣਾ ਉਹ ਪਰਲੀ ਅੱਬਾ ਜੀ ਅਸਲਾਮ ਅਲੈਕਮ ਲੈ ਅੱਬਾ ਜੀ ਕਿਹੜਾ ਆ ਗਿਆ ਤੁਸੀਂ ਅੱਬਾ ਜੀ ਹੋ ਨਾ ਉਹ ਭਾਈ ਕੀ ਹੋ ਗਿਆ ਤੈਨੂੰ ਵਿਆਹ ਸਮਝਾ ਯਾਰ ਬਾਬੇ ਦੀ ਸ਼ੁਕਰ ਵਾਲੀ ਆਦਤ ਨਹੀਂ ਜਾਣ ਡਈ ਸ਼ੁਕਰ ਨਹੀਂ ਕਰ ਰਿਹਾ ਅੱਬਾ ਜੀ ਇਸ ਤਰ੍ਹਾਂ ਨਾ ਕਰੋ ਮੈਂ ਇੰਜ ਕੀਤਾ ਨਾ ਤੇ ਤੂੰ 2 ਮਿੰਟ ਇੱਥੇ ਰਹਿਣਾ ਹੈ ਦੂਜੇ ਤੇ ਲੜਾਈ ਛੱਡੀਏ ਸਿੱਧਾ ਕੰਮ ਤੇ ਆਈਏ ਹਾਂਜੀ ਬੁਲਾਓ ਮੌਲਵੀ ਨਿਕਾਹ ਪੜੀਏ ਵਿੱਚ ਕੰਮ ਕਾਵੋ ਨਾ ਮਾਸ਼ਾਅੱਲਾ ਮੁੰਡਾ ਠੀਕ ਆ ਹਾਂਜੀ ਮੁੰਡਾ ਵੇਖਿਆ ਮੈਂ ਪਤਾ ਹੀ ਮੈਨੂੰ ਸ਼ੁਕਰ ਕਰਦਾ ਪਿਆ ਹਾਂਜੀ ਅਖੀਰ ਮੁੰਡਾ ਕਹਿ ਦਿੱਤਾ ਮੈਨੂੰ ਮੁੰਡਾ ਤੇ ਜਨਾਬ ਜਾਇਦਾ ਦੌਲਤ ਸਾਰਾ ਇਹਨਾਂ ਦੇ ਕੋਲ ਏ ਬਸ ਮੁੰਡਾ ਸਾਨੂੰ ਪਸੰਦ ਆ ਗਿਆ ਦੁਆ ਕਰ ਵੀ ਇਹਦਾ ਇਹਦਾ ਪਿਓ ਜਿਹੜਾ ਉਹ ਵੀ ਇਦਾਂ ਦਾ ਹੋਵੇ 27 ਕਿੱਲੇ ਜ਼ਮੀਨ ਲਾ ਲੈਣੀ ਨਾ ਲੋ ਜੀ 25 ਜਿਹੜੀ ਹੈ ਨਾ ਉਹਨੇ ਉਹਦੀ ਚੁਆਇਸ ਅੱਛੀ ਆ ਉਹਨੂੰ ਉਹਨਾਂ ਮੁੰਡਾ ਜਿਹੜਾ ਪਸੰਦ ਆ ਗਿਆ ਆ ਹਾਂਜੀ ਤੇ ਮਾਸ਼ਾਅੱਲਾ ਹੈ ਵੀ ਮੁੰਡਾ ਸੋਹਣਾ ਆ ਆਹੋ ਜੀ ਠੀਕ ਆ ਕਿ ਨਹੀਂ ਤੇ ਦੂਸਰੀ ਗੱਲ ਆ ਮੈਂ ਆਪਣੇ ਸਿਰ ਤੋਂ ਭਾਰ ਲਾਉਣਾ ਚਾਹੁੰਦਾ ਆ ਵੀ ਆ ਬੱਚੇ ਨਾਲ ਜਿਹੜਾ ਨਾ ਜ਼ਿੰਦਗੀ ਅੱਛੀ ਗੁਜ਼ਰ ਜਾ ਕੀ ਗੱਲ ਕੀ ਆ ਤੈਨੂੰ ਅੱਬਾ ਜੀ ਪਤਾ ਕੀ ਤੁਹਾਡਾ ਹੱਥ ਬਹੁਤਾ ਉੱਤੇ ਚਲਾ ਜਾਂਦਾ ਇੱਥੇ ਰੋਕੋ ਇੱਥੇ ਰੋਕੋ ਸਾਰੀਆਂ ਗੱਲਾਂ ਤੇ ਤੁਹਾਡੀ ਮਿਹਰਬਾਨੀ ਆ ਤੁਸੀਂ ਰਿਸ਼ਤਾ ਕਰਵਾਇਆ ਮਿਹਰਬਾਨੀ ਐ ਠੀਕ ਆ ਐ ਦੋ ਬੱਚੀ ਦਾ ਮੁਕੱਦਰ ਆ ਨਹੀਂ ਐ ਤੁਹਾਡਾ ਹੱਥ ਠੀਕ ਹੈ ਐ ਕਿਉਂ ਨਹੀਂ ਠੀਕ ਆ ਇੱਥੇ ਰੱਖ ਬਾਬਾ ਬਾਅਦ ਚ ਤੇਰੇ ਨਾਲ ਗੱਲ ਕਰ ਲੈਂਦੇ ਆ ਪਹਿਲਾਂ ਮੁੱਖ ਦੀ ਗੱਲ ਤਾਂ ਮੁਕਾ ਲੈਂਦੇ ਤੈਨੂੰ ਤਾਂ ਪਤਾ ਅੱਜ ਵਿਆਹ ਦੀ ਗੱਲ ਕਰ ਤੂੰ ਅੱਬਾ ਦਾ ਘਰ ਛੱਡਿਆ ਉਹ ਮੇਰਾ ਅੱਬਾ ਨਹੀਂ ਅੱਬਾ ਤੇ ਮਰ ਗਿਆ ਤੇ ਆਈ ਨਹੀਂ ਦੁਨੀਆ ਤੇ ਅੱਬਾ ਮਰ ਗਿਆ ਨਹੀਂ ਕੋਈ ਨਹੀਂ ਅਸੀਂ ਇਹਦੇ ਬਾਪਾ ਇੱਥੇ ਵਾਲੇ ਦਾ ਅੱਬਾ ਮਰ ਗਿਆ ਇੱਥੇ ਵਾਲੇ ਦਾ ਹੈ ਜੇ ਤੇ ਜਿਹੜਾ ਇੱਥੇ ਵਾਲਾ ਨਾ ਇਹਦੇ ਨਾਲ ਗੱਲ ਕਰਨੀ ਹੈ ਜਿਹੜਾ ਇੱਥੇ ਵਾਲਾ ਨਾ ਇਹਨੂੰ ਦਫਾ ਕਰੋ ਇੱਥੇ ਰਹੋ ਬਾਬਾ ਹਟ ਜਾ ਪਤਾ ਕੀ ਹੈ ਹਾਂਜੀ ਇਹ ਜਿਹੜਾ ਬੰਦਾ ਨਾ ਆਹੋ ਇਹਦਾ ਧਿਆਨ ਉਹਦੇ ਤੇ ਹੀ ਹੈ ਤੇ ਧਿਆਨ ਉਹਦਾ ਆਪਣਾ ਸੱਚਾ ਹਾਂਜੀ ਕਿਉਂਕਿ ਫੋਟੋ ਲਾਈ ਆਪਾਂ ਆਪਣੇ ਵਕੀਲ ਦੀ ਆਹੋ ਤੇ ਪੁੱਤਰ ਇਹ ਕੰਮ ਹੋ ਜਾਣਾ ਖਰਾਬ ਨਹੀਂ ਨਹੀਂ ਕੰਮ ਖਰਾਬ ਮੈਂ ਹੋ ਗੱਲ ਖੋਲ ਦੇ ਮੈਂ ਹੁਣ ਹੀ ਖੋਲਣ ਲੱਗਾ ਮੇਰੇ ਕੋਲ ਹਰ ਤਰ੍ਹਾਂ ਦਾ ਟਾਈਮ ਘੱਟ ਆ ਪੁੱਤੋ ਮੇਰੀ ਗੱਲ ਸੁਣੋ ਅੰਕਲ ਅਸਲ ਤੇ ਸਾਨੂੰ ਮੁੰਡਾ ਪਸੰਦ ਹੈਗਾ ਇਹ ਗੱਲ ਇਹ ਵੀ ਆ ਬਜ਼ੁਰਗ ਨੂੰ ਕਿਤੇ ਚੈਟ ਤੇ ਬੰਨ ਕੇ ਆਓ ਅਸੀਂ ਕੋਈ ਗੱਲ ਨੂੰ ਬੇੜੀਏ ਅਸਲ ਦੇ ਵਿੱਚ ਨਾ ਤੁਹਾਡੀ ਬੱਚੀ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਇਹਨਾਂ ਦੇ ਨਾਲ ਸਾਨੂੰ ਪਸੰਦ ਆ ਉਹੀ ਤਾਂ ਪਸੰਦ ਆ ਆ ਵਿੱਚ ਐ ਵੀ ਆਈ ਜਾਂਦਾ ਇਹੀ ਰਿਸ਼ਤਾ ਜੇ ਓਏ ਉਹਦੀ ਗੱਲ ਕਰ ਰਿਹਾ ਆ ਮੁੰਡੇ ਦੀ ਇਹੀ ਰਿਸ਼ਤਾ ਬਾਬਾ ਤੁਮਸੇ ਮਿਲਨੇ ਕੋ ਦਿਲ ਕਰਤਾ ਹੈ ਰੇ ਬਾਬਾ ਇਹ ਬਾਬਾ ਗੱਲ ਇਹ ਆ ਉਹ ਜਵਾਈ ਭਾਈ ਆ
कौन जवाई भाई ए बाबा जी का रिश्ता होना तुहाडी बच्ची का मेरी बच्ची की उम्र 21 साल है बाबे की तैयारी है भावे घंटे बाद तू मंजा लाया तेन कदों मैं क्या मेरे खानदान मुंडे नहीं लभदे तस्वीर नहीं पहले तस्वीर कहीं भेजी है जी फेसबुक तो तस्वीर यदि लगी बाबे चेक करो बुजुर्गो मैं गल दसना पुत्र इन्हें नहीं टूरिया जाता बुजुर्गो मैं गल दसना गल पता की है फोटो लगी भी टाइम हो गया इन्ना कि बुढ़ापा आ ही जाता टाइम की हो गया है सफर किया रस्ते ही दिखाई तस्वीर हाँ। रस्ते ही तस्वीर दिखाई है तो मुंडा सी इतने आए धौले आ गए बुढ़ा हो गया की रौला की है कोई सदमा तेन इदा का हो गया चल उठ कुड़िए उदो दसा फेसबुक के धोखे होंगे अबू जी चले चले आए सारिया मेरा पुत्र इटा चुके सामने मसीत नू दे दियो नहीं यार प्लीज उस प्लाट से वर्कशॉप पा दियो दो मिनट जी नवी गड्डी है ना पुत्र ला जाओ दरवाजे अगे मेरी गल सुनो अंकल चाचे होने को 6-7 दिन ने बस जिंदगी दे ठीक है ना मेरा ब्याह होना मेरी भी दिहाड़ी लग जाए मैं गड्डी दे रहा मेरा घर बन रहा वेखो मेरे बच्चे ने मुस्तकबिल का वास्ता है कोई नहीं बच्ची 3-4 दिन वास्ते ब्याह दो की होना थोड़ा जायदाद कितनी गई थी बाबा जी 27 मुरबे जमीन है ओए ना होवे इस बाबे तो बाद पता लगे सी ना मुरबा आया गाजरा दा आ हड़ना दा आया ओए ओ नहीं है ओ ना निकले आवे 27 मुरबे ने भाजी एक रेड़ी ते पूरे भी नहीं आंदे दूर फटे मु तेरा मेरा गन नाल है तेरे नाल तू तेरे नाल पूरे कबीले दी कबर कट के कहना हों मेरा दुत आया पोता आया अग पोते का पोता आया इदा का बाबा जरा हों उम्र बड़ी होंगी है बहुत वड्डी बीमारी है बाद करोगे सारिया बीमारिया तो जान छुट गई है आ बीमारी तो मेरी जान नहीं छुटन डी है अंकल मैं तुम्हें सही कह रहा ना नहीं बचना है नहीं यकीन तुम वकील रिपोर्टा दिखावा ये बाबे ने चौकस पान दसदा आ इन्हें 35-40 साल होर लै जाने नहीं ले जाने मैं जो कहने अभी गल कर रहे हैं तो ऐ करके सुन रहे हैं ए मूँह तो लगता भी ऐ कहता अच्छा तेना निबल लाँगा एवं परेशान हो यकीन बनो बाबा जी तो पिछले हफ्ते फौत हो गए सन हाँ जी वो तो इन्हों की भैन ने इन्हों के मूँह चाह की प्याली लाई है वो तत्ते तत्ते ने बोल थोड़ा ऐ करके मैं मर गया बच के कहना मैं मर गया डॉक्टर के कोल जाके इन्होंने 14 दिन की दवाई मंगी उन्हें चपेड़ मारी है उन्हें इस किस्म की चपेड़ मारी उन्हें कहा 14 दिन वाला बाबा है वा ये तो 2 दिन कट जाए बड़ी गल मूँह दसन डे भी कर लो मैं बाद दसागा तुम वे ए देखो खुदा का वास्ता रिश्ते की हाँ कर दो नामे मौला बाकी सारिया चीजा अगले सफे मैं निकाह खां सदीएगा निकाह कराई निकाह खां बाबा जी अबू जी तेनू पुत मुबारक पूरे हफ्ते दिने जिंदगी कढ़नी है शकूर जी शादी मुबारक खैर मुबारक देखो मुबारक भी आन लग पिधर आ गई अगे हो उतर अगे हो अगे हो या है कोई शर्म है नहीं ब्याह लगे कर मुंडे अपने दा अच्छा आखरी सावा ते भी तेनु ब्याह दी पई है नहीं ये तो ना ब्याह होना मेरा थोड़ा होना कहंदा मेरा ब्याह कर दे ड्रामे बंद कर अपने ते को हया नो हाथ मार मैं ते वकील नहीं ऐसा बंदर है ऐसा बंदर है ठहर जा एक मिनट ठहर जा एक मिनट बात करन टुरे हैं पुत्र ओए मेरे बच्चे केदा ब्याह लगा हुण दस जरा केदा तेरा ब्याह सी नहीं पुत्र पुत्र नहीं कहीदा मैं तेरा प्यो बजा तेरे दादे बजा हैं ओ बेटा हुण कल दे बच्चे होके तुसी मैनू के बेटा कह रहे हो कोई शर्म कर रहे हो बुड्ढे मरेले तेनू शर्म नहीं आई अपनी बेटी इस बुड्ढे बाबे नू देंदे तेनू हया नहीं आया पुत्र अल्लाह तेरे नसीब चंगे करे मेरे पुत्र आपकी शादी हो रही है केड़ी शादी हो रही है बेटा किससे शादी हो रही है इनसे हो रही है बेटा किससे शादी हो रही है इनसे हो रही है इदे नाल हो रही है जेड़े साडा वादा कीता है जायदाद नाल आए
ਲਾਂਦਾ ਹੈ ਜਾਇਦਾਦ ਲਾਂਦਾ ਐ ਫੜਾਓ ਮੈਨੂੰ ਐਨ ਮਾਰੀ ਤੈਨੂੰ ਪਤਾ ਨਹੀਂ ਸੱਟ ਬਹੁਤ ਲੱਗਦੀ ਹੈ ਤੈਨੂੰ ਪਤਾ ਨਹੀਂ ਸੱਟ ਬਹੁਤ ਲੱਗਦੀ ਹੈ ਤੂੰ ਵਿਆ ਜਿਹੜਾ ਤੂੰ ਵਕਾਰ ਬੁੱਢਾ ਹੈ ਨਾ ਮੇਰੀ ਜ਼ਿੰਦਗੀ ਤਬਾਹ ਕਰਕੇ ਹਲੇ ਤੈਨੂੰ ਹਯਾ ਨਹੀਂ ਆਇਆ ਤਾਂ ਉਹਦੀ 10 ਮਿੰਟ ਰੁਕਸਦੀ ਹੋ ਜਾਣੀ ਸੀ ਕਬਰ ਇਸ ਤੇਰੀਆਂ ਲੱਤਾਂ ਮੈਂ ਉਹੀ ਤਾਂ ਲੱਭਣ ਚੱਲਾਂ ਤੇ ਫੇਸਬੁੱਕ ਤੇ ਲੱਗਾ ਪਿਆ ਤੇਰੀ ਤਿੱਤ ਇੱਕ ਮਿੰਟ ਸਮਾਂ ਕਰ ਇੱਕ ਮਿੰਟ ਮੈਂ ਕਾਕੇ ਨਾਲ ਗੱਲ ਕਰ ਲੈਂਦਾ ਕਾਕੇ ਨਾਲ ਗੱਲ ਮੇਰੀ ਕਰਾਈ ਆਦਾ ਕਾਟਾ ਤੈਨੂੰ ਕੋਈ ਹਯਾ ਤੇਰੇ ਦਫ਼ਤਰ ਦੇ ਕਿਰਾਏ ਰਿਸ਼ਤੇ ਚੰਗੇ ਨਹੀਂ ਨਿਕਲਦੇ ਕੀ ਹੋਇਆ ਤੂੰ ਤਾਂ ਕਹਿੰਦਾ ਤੇਰੇ ਅੱਗੇ ਨਹੀਂ ਬੋਲੇ ਕਿ ਉਹ ਮੇਰੇ ਪਿੱਛੇ ਮਾਰਨ ਡਈ ਪੁੱਤਰ ਓਏ ਹਾਂਜੀ ਰਿਸ਼ਤਾ ਤੇਰੇ ਨਾਲ ਹੋਇਆ ਨਹੀਂ ਹੋਇਆ ਚਾਬੀ 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 ਆ ਵੀਰੇ ਹਾਂਜੀ ਸਾਨੂੰ ਤਾਂ ਸਾਕਾ ਬਾਤ ਦਾ ਕਿਰਾਇਆ ਦੇ ਇਸ ਘਰ ਜਾਣਾ ਆ ਤੁਹਾਡੇ ਕੋਲ ਰਕਸ਼ਾ ਥੱਲੇ ਖੜਾ ਨਾ ਹਾਂ ਮੈਨੂੰ ਵੀ ਲਾ ਦੇਣਾ ਬਾਬਾ ਜੀ ਦਫ਼ਤਰ ਆਪੇ ਹੀ ਸਾਂਭੋ ਚਲਾ ਸੁਣ ਪੁੱਤਰਾ ਮੈਨੂੰ ਕਿੱਥੇ ਬੁਲਾ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਸੁਣ ਪਤਾ ਕੀ ਹਾਂ ਕੀ ਸੁਣਾ ਮੈਂ ਤੇਰੀ ਗੱਲ ਘਰ ਜਾ ਕੇ ਭਾਵੇਂ ਮੈਨੂੰ ਅੱਗ ਲਾ ਦੇ ਪਤਾ ਕੀ ਇੱਥੇ ਨਾ ਮਾਰੀ ਉਹ ਜਿਹੜਾ ਭਾਈ ਹੈ ਨਾ ਇਹ ਫਿਰ ਨਾ ਬੰਦਿਆਂ 'ਚ ਖਲੋ ਕੇ ਬਹੁਤ ਜ਼ਲੀਲ ਕਰਦਾ